ਹਾਂਜੀ ਬੱਚੇ, ਸਤਿ ਸ਼੍ਰੀ ਅਕਾਲ। ਅੱਜ ਦਾ ਤੁਹਾਡਾ ਪੰਜਾਬੀ ਦਾ ਪੇਪਰ ਬਹੁਤ ਵਧੀਆ ਗਿਆ ਹੋਊਗਾ, ਠੀਕ ਹੈ ਜੀ। ਅਤੇ ਚਲੋ ਦੇਖਦੇ ਹਾਂ, ਆਪਾਂ ਡਿਸਕਸ ਕਰਦੇ ਹਾਂ। ਅਤੇ ਕੱਲ੍ਹ ਆਪਾਂ ਜਿਹੜਾ ਆਪਾਂ ਲਾਸਟ ਕੁਸ਼ਚਨ ਪੇਪਰ ਪਾਇਆ ਸੀਗਾ, ਉਹਦੇ ਵਿੱਚ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਉੱਤੇ ਹੀ ਪਾਇਆ ਸੀਗਾ, ਹੈ ਨਾ, ਜਿਹੜਾ ਪ੍ਰੀ ਬੋਰਡ ਵਾਲਾ ਕਿਹਾ ਸੀਗਾ। ਮੈਂ ਕਿਹਾ ਸੀ ਨਾ, ਪ੍ਰੀ ਬੋਰਡ ਦੇ ਵਿੱਚੋਂ ਵੀ ਚੀਜ਼ਾਂ ਨਿਕਲ ਕੇ ਆ ਜਾਂਦੀਆਂ ਨੇ, ਚੀਜ਼ਾਂ ਨੂੰ ਧਿਆਨ ਨਾਲ ਕਰ ਲੈਣੀਆਂ। ਜਿਹੜੇ ਬੱਚੇ ਵੀ ਆਪਣੇ ਵੀਡੀਓ ਨਾਲ ਜੁੜੇ ਹੋਏ ਨੇ, ਕਾਫੀ ਆਈ ਥਿੰਕ ਉਹਨਾਂ ਦੀ ਹੈਲਪ ਹੁੰਦੀ ਹੋਊਗੀ, ਆਪਣੇ ਵੱਲੋਂ ਜਿੰਨਾ ਹੋ ਸਕਦਾ ਆਪਾਂ ਕਰ ਦਈਦਾ, ਠੀਕ ਹੈ ਜੀ। ਅਤੇ ਕੁਸ਼ਚਨ ਆਂਸਰ ਵੇਰੀਫਾਈ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦਾ, ਜਿਹੜੀ ਇੰਗਲਿਸ਼ ਦੀ ਵੀਡੀਓ ਲਈ ਤੁਸੀਂ ਗੱਲ ਕਰ ਰਹੇ ਹੋ, ਇੰਗਲਿਸ਼ ਦੀ ਵੀਡੀਓ ਅੱਜ ਸ਼ਾਇਦ ਰਾਤੀ 8 ਸਾਢੇ 8 ਵਜੇ ਤੱਕ, ਨਹੀਂ ਤਾਂ ਕੱਲ੍ਹ ਮਾਰਨਿੰਗ ਦੇ ਵਿੱਚ ਆਊਗੀ, ਹਾਲੇ ਰਿਕਾਰਡਿੰਗ ਕਰਨੀ ਹੈ, ਠੀਕ ਹੈ ਜੀ। ਪਹਿਲਾਂ ਬਸ ਆਹ ਕੁਸ਼ਚਨ ਪੇਪਰ ਡਿਸਕਸ ਕਰ ਦਈਏ, ਤਾਂ ਉਸ ਤੋਂ ਬਾਅਦ ਤੁਹਾਨੂੰ ਇੰਗਲਿਸ਼ ਦੀ ਵੀਡੀਓ ਪ੍ਰੋਵਾਈਡ ਕਰਾ ਦਾਂਗੇ। ਅਗਲਾ ਜੀ, ਗੁਰੂ ਅਰਜਨ ਦੇਵ ਜੀ ਬਾਰੇ ਦੋਹਤਾ ਬਾਣੀ ਦਾ ਬੋਲਤਾ, ਜਿਹਨੇ ਕੱਲ੍ਹ ਵਾਲੀ ਮੇਰੀ ਵੀਡੀਓ ਦੇਖੀ ਆ ਬੱਚੇ, ਉਹਨੂੰ ਉਹਨੇ ਦਾ ਮਤਲਬ ਮੈਂ ਕਹਿੰਦਾ ਪਹਿਰਾ ਭਰਨ ਦੀ ਵੀ ਲੋੜ ਨਹੀਂ ਸੀ, ਹੈ ਨਾ। ਦੋਹਤਾ ਬਾਣੀ ਦਾ ਬੋਥਾ ਬੋਹੇਥਾ ਕਿਹਨੂੰ ਕਿਹਾ ਗਿਆ ਸੀਗਾ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਕਿਹਨੇ ਕਿਹਾ ਸੀਗਾ? ਹੈ ਨਾ, ਗੁਰੂ ਅਮਰਦਾਸ ਜੀ ਨੇ ਕਿਹਾ ਸੀਗਾ, ਠੀਕ ਹੈ ਜੀ। ਗੁਰੂ ਅਮਰਦਾਸ ਜੀ ਉਹਨਾਂ ਦੇ ਨਾਨਾ ਜੀ ਸੀਗੇ, ਗੁਰੂ ਅਮਰਦਾਸ ਜੀ ਨਾਨਾ ਜੀ ਸੀਗੇ ਗੁਰੂ ਅਰਜਨ ਦੇਵ ਜੀ ਦੇ, ਠੀਕ ਹੈ ਜੀ। ਤਾਂ ਉਹਨਾਂ ਨੇ ਕਿਹਾ ਸੀ ਦੋਹਤਾ ਬਾਣੀ ਦਾ ਬਹੁਤਾ, ਸਭ ਤੋਂ ਵੱਧ ਬਾਣੀ ਇਹਨਾਂ ਦੀ ਹੈ। ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਊਗੀ। ਅਗਲਾ, ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? ਤਾਂ ਬੱਚੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਸੀ? 2218। ਕਿੰਨੇ ਆਉਣੇ ਸੀ? 2218, ਠੀਕ ਹੈ ਜੀ। ਇਹ ਤਾਂ ਲੱਭ ਵੀ ਲਏ ਹੁਣ ਤੁਸੀਂ। ਅਗਲਾ, ਗੁਰੂ ਅਰਜਨ ਦੇਵ ਜੀ ਨੇ ਸਾਹਾਕਾਰ ਰਚਨਾ, ਸਭ ਤੋਂ ਵੱਧ ਰਚਨਾ ਕਿਹੜੀ ਹੈ? ਸੁਖਮਣੀ ਸਾਹਿਬ ਦੀ ਰਚਨਾ। ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਹੈ? ਗੁਰੂ ਅਰਜਨ ਦੇਵ ਜੀ ਕਿੰਨੇ ਰਾਗਾਂ 'ਚ ਬਾਣੀ ਹੈ ਬੱਚੇ? 30 ਰਾਗ। ਕਿੰਨੇ ਰਾਗਾਂ 'ਚ? 30 ਰਾਗਾਂ 'ਚ। ਗੁਰੂ ਅਰਜਨ ਦੇਵ ਜੀ ਦਾ ਮਨਪਸੰਦ ਸਾਜ਼ ਕਿਹੜਾ ਸੀ? ਠੀਕ ਹੈ ਜੀ। ਅਗਲਾ ਆ ਜਾਓ, ਦੂਜਾ ਪਹਿਰਾ ਜਿਹੜਾ ਆਇਆ ਸੀਗਾ, ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਕਿਸ ਦੇ ਕਦਰਦਾਨ ਸਨ? ਤਾਂ ਕਿਹਦੇ ਕਦਰਦਾਨ ਸਨ? ਮਿਹਨਤ ਦੇ, ਠੀਕ ਹੈ ਜੀ। ਨੈਕਸਟ ਆ ਜਾਓ, ਕਿੱਥੋਂ ਦਾ ਜ਼ਮੀਂਦਾਰ ਮਿਹਨਤ ਬਹੁਤ ਕਰਦਾ ਹੈ? ਕਿੱਥੇ ਦਾ ਜ਼ਮੀਂਦਾਰ ਬੱਚੇ ਬਹੁਤ ਮਿਹਨਤੀ ਹੈ? ਉਹ ਕਿੱਥੇ ਦਾ ਹੈ ਬੱਚੇ? ਪੰਜਾਬ ਦਾ। ਪੰਜਾਬ ਦਾ ਜ਼ਿਮੀਦਾਰ ਕੀ ਹੈ? ਬਹੁਤ ਮਿਹਨਤੀ ਹੈ। ਪੰਜਾਬ ਵਿੱਚ ਖੁਸ਼ਹਾਲੀ ਕਿਸ ਤਰ੍ਹਾਂ ਆਵੇਗੀ? ਜੇਕਰ ਪੰਜਾਬ ਦਾ ਜ਼ਿਮੀਦਾਰ ਖੁਸ਼ਹਾਲ ਹੋਵੇਗਾ, ਜੇਕਰ ਪੰਜਾਬ ਦਾ ਕਿਸਾਨ ਜ਼ਿਮੀਦਾਰ ਜਿਹੜਾ ਖੁਸ਼ਹਾਲ ਹੋਵੇਗੀ, ਤਾਂ ਪੰਜਾਬ ਦੇ ਵਿੱਚ ਵੀ ਕੀ ਹੋਵੇਗੀ? ਖੁਸ਼ਹਾਲੀ ਹੋਵੇਗੀ। ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ? ਤਾਂ ਬੱਚੇ ਜਿਹੜੇ ਮਹਿੰਦਰ ਸਿੰਘ ਰੰਧਾਵਾ ਸੀਗੇ, ਕਿਹੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀਗੇ? ਇਹ ਸੀਗੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, PAU ਲੁਧਿਆਣਾ, ਠੀਕ ਆ ਜੀ। ਅਗਲਾ, ਮਹਿੰਦਰ ਸਿੰਘ ਰੰਧਾਵਾ ਨੇ ਕਿਸ ਕੰਮ ਲਈ ਯੂਨੀਵਰਸਿਟੀ ਵਿੱਚ ਵਿਭਾਗ ਸਥਾਪਿਤ ਕੀਤਾ? ਕਿਹਦੇ ਲਈ ਕੀਤਾ ਸੀਗਾ? ਖੇਤਾਂ ਨੂੰ ਵਾਹੁਣ ਦੇ ਵਿਗਿਆਨਿਕ ਢੰਗਾਂ ਲਈ, ਬੀਜਾਂ ਦੇ ਵਿਗਿਆਨਿਕ ਢੰਗਾਂ ਲਈ, ਫਸਲਾਂ ਨੂੰ ਖਾਦਾਂ ਪਾਉਣ ਦੇ ਢੰਗਾਂ ਦੱਸਣ ਲਈ, ਉਪਰੋਕਤ ਸਾਰੇ? ਤਾਂ ਕੀ ਸੀਗਾ? ਉਪਰੋਕਤ ਸਾਰੇ ਸਾਡਾ ਤਾਂ ਕੀ ਬਣ ਜਾਂਦਾ? ਕਰੈਕਟ ਆਨਸਰ ਬਣ ਜਾਂਦਾ, ਠੀਕ ਹੈ। ਅਗਲਾ ਕੁਸ਼ਚਨ ਸੀਗਾ ਸਾਡੇ ਕੋਲ, ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ। ਕੀ ਸੀਗਾ? ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਪੜਨਾਵ ਸ਼ਬਦ ਚੁਣੋ। ਤਾਂ ਬੱਚੇ ਪੜਨਾਵ ਆਪਾਂ ਦੱਸਣਾ ਹੈ, ਲੁਧਿਆਣਾ, ਪੰਜਾਬ ਯੂਨੀਵਰਸਿਟੀ, ਇਹ ਸਾਰੇ ਕੀ ਹੋਣਗੇ? ਨਾਵ ਹੋਣਗੇ। ਤਾਂ ਪੜਨਾਵ ਕਿਹੜਾ? ਉਹਨਾਂ, ਠੀਕ ਹੈ ਜੀ। ਅੱਗੇ ਆ ਜਾਓ, ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਕਿਰਿਆ ਸ਼ਬਦ ਦੱਸੋ। ਕਿਰਿਆ ਕਿਹੜੀ ਹੈ? ਰੰਧਾਵਾ ਨੂੰ ਜ਼ਿੰਮੇਦਾਰ ਜਾਂਦੀ, ਤਾਂ ਜਾਂਦੀ ਕੀ ਹੋਜੂ? ਸਾਡੀ ਕਿਰਿਆ ਹੋਜੂ। ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਭਾਵਵਾਚਕ ਨਾਮ ਦੱਸੋ। ਕਿਹੜਾ? ਭਾਵ, ਭਾਸ਼ਾ, ਫਸਲ, ਸਰੰਦਾ, ਖੁਸ਼ਹਾਲ। ਤਾਂ ਖੁਸ਼ਹਾਲ ਕੀ ਹੈ? ਇੱਕ ਭਾਵਵਾਚਕ ਨਾਮ ਹੈ, ਇਹ ਭਾਵ ਨੂੰ ਦਰਸਾਉਂਦਾ, ਠੀਕ ਹੈ ਜੀ। ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹਾਂ ਲੱਭ ਕੇ ਲਿਖੋ। ਤਾਂ ਬੱਚੇ ਆਪ ਵਿਸ਼ਰਾਮ ਚਿੰਨ੍ਹ ਲਿਖਣੇ ਸੀਗੇ। ਵਿਸ਼ਮਿਕ ਚਿੰਨ੍ਹ ਕਿਹੜਾ ਹੁੰਦਾ ਸਾਡੇ ਕੋਲ? ਆਹ ਹੁੰਦਾ ਸਾਡਾ ਕਿਹੜਾ? ਵਿਸ਼ਮਿਕ ਚਿੰਨ੍ਹ। ਪ੍ਰਸ਼ਨ ਚਿੰਨ੍ਹ ਕਿਹੜਾ ਹੁੰਦਾ? ਕੁਸ਼ਚਨ ਮਾਰਕ ਵਾਲਾ, ਠੀਕ ਹੈ ਜੀ। ਕੌਮਾ ਕਿਹੜਾ ਹੋ ਗਿਆ? ਹੋ ਗਿਆ ਕੌਮਾ। ਅਤੇ ਆਹ ਹੋ ਗਿਆ ਸਾਡੇ ਕੋਲ ਡੰਡੀ, ਠੀਕ ਹੈ ਜੀ। ਸੌਖਾ ਹੀ ਸੀਗਾ। ਉਪਰੋਕਤ ਪੈਰਿਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ। ਵਿਰੋਧੀ ਸ਼ਬਦ ਨਾਨਾ, ਨਾਨੀ, ਇਹਨਾਂ, ਉਹਨਾਂ, ਸੱਚ, ਝੂਠ, ਨਫ਼ਰਤ, ਪਿਆਰ। ਈਜ਼ੀ ਜਿਹੇ ਕੁਸ਼ਚਨ ਸੀਗੇ, ਠੀਕ ਹੈ ਜੀ। ਉਸ ਤੋਂ ਬਾਅਦ ਹੇਠ ਲਿਖੀਆਂ ਸ਼ਸਤਰ ਆਈਆਂ ਸੀਗੀਆਂ, ਇਹਦੇ ਉੱਤੇ ਤੁਸੀਂ ਕੁਸ਼ਚਨ ਕਰ ਲਿਆ ਹੋਣਾ। ਇਹ ਥੋੜ੍ਹੀ PDF ਇੱਦਾਂ ਦੀ ਲੱਗ ਗਈ ਆ, ਅਤੇ ਇਹਦੇ ਉੱਤੇ ਕੁਸ਼ਚਨ ਸੀਗੇ ਬੱਚੇ, ਹੈ ਨਾ। ਅਤੇ ਜਿੱਦਾਂ ਮੈਨੂੰ ਆਏ ਨੇ ਉੱਦਾਂ ਮੈਂ ਲਗਾਤੇ ਆ। ਤਾਂ ਈਜ਼ੀ ਕੁਸ਼ਚਨ ਸੀਗੇ, ਜਿਵੇਂ ਆਹ ਚੀਜ਼ ਦੇਖੋ, ਮੈਂ ਪਹਿਲਾਂ ਇੱਥੇ ਨਾ ਉਹ ਦਿਖਾ ਦਿੰਦਾ, ਜਿਹੜੇ ਕੱਲ੍ਹ ਬੱਚਿਆਂ ਨੇ ਵੀਡੀਓ ਦੇਖੀ ਹੋਊਗੀ, ਉਹ ਮੇਰੇ ਤੋਂ ਉਹ ਪੁੱਛ ਰਹੇ ਸੀਗੇ ਕਿ ਕਿਹੜੇ ਕਿਹੜੇ ਐਸੇ ਕਰੀਏ।
ਹੈ ਨਾ, ਜਿਹੜੇ ਜਿਹੜੇ ਆਪਾਂ ਕੱਲ 10 ਪਤਾ ਨਹੀਂ 11 ਐਸੇ ਟਿਕ ਲਗਾਏ ਸੀ ਉਹਨਾਂ ਵਿੱਚੋਂ ਹੀ ਪੰਜ ਤਾਂ ਇਹਦੇ ਵਿੱਚ ਪਏ ਨੇ, ਆਖੀ ਡਿੱਠਾ ਮੇਲਾ, ਗੁਰੂ ਨਾਨਕ ਦੇਵ ਜੀ, ਦੀਵਾਲੀ, ਲੋਹੜੀ, ਦਾਜ ਦੀ ਸਮੱਸਿਆ, ਇਹ ਸਾਰੇ ਆਪਾਂ ਤੁਹਾਨੂੰ ਕਿਹਾ ਸੀਗਾ ਦੇਖੋ ਸਾਰੇ ਹੀ ਉਹਦੇ ਪਿੱਛੋਂ ਹੀ ਕੁਸ਼ਚਨ ਆਇਆ ਹੋਇਆ, ਕੋਈ ਵੀ ਕੁਸ਼ਚਨ ਉਹਦੇ ਵਿੱਚੋਂ ਬਾਹਰੋਂ ਨਹੀਂ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ ਕੁਸ਼ਚਨ ਆਨਸਰ ਸੀਗੇ ਥੋੜ੍ਹੀ ਜਿਹੀ ਇੱਦਾਂ ਦੇ ਕੁਸ਼ਚਨ ਮਤਲਬ ਸਾਫ਼ ਨਹੀਂ ਦਿਖ ਰਹੇ ਹੋਣਗੇ, ਕੋਈ ਗੱਲ ਨਹੀਂ, ਬਟ ਮੈਨੂੰ ਪੂਰਾ ਉਮੀਦ ਦਾ ਕੁਸ਼ਚਨ ਤੁਸੀਂ ਕਰ ਲਏ ਹੋਣਗੇ, ਜਿਵੇਂ ਆਹ ਸੀਗਾ ਗੁਰੂ ਹਰਿਮੰਦਰ ਸਾਹਿਬ ਦੀ ਨੀਂਹ ਕਿਹਨੇ ਰੱਖੀ ਸੀ, ਬੱਚੇ ਸਾਰ ਨੂੰ ਪਤਾ ਹਰਿਮੰਦਰ ਸਾਹਿਬ ਦੀ ਨੀਂਹ 1500-1588 ਵਿੱਚ ਰੱਖੀ ਸੀ, ਸਾਈ ਮੀਆਂ ਮੀਰ ਜੀ ਨੇ ਰੱਖੀ ਸੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ 1604 ਦੇ ਵਿੱਚ ਆਦਿ ਗ੍ਰੰਥ ਸਾਹਿਬ ਦੀ ਉੱਥੇ ਸਥਾਪਨਾ ਕਰ ਦਿੱਤੀ ਸੀ, ਚਲੋ ਐਕਸਟਰਾ ਨੌਲੇਜ ਆ ਉਹ ਮੈਂ ਤੁਹਾਨੂੰ ਦੱਸਤਾ। ਹੇਠ ਲਿਖੇ ਵਾਕਾਂ ਵਿੱਚ ਕਿਰਿਆ ਸ਼ਬਦ ਚੁਣੋ, ਠੀਕ ਹੈ, ਕਿਰਿਆ ਸ਼ਬਦ, ਠੀਕ ਹੈ ਜੀ, ਕਿਰਿਆ ਸ਼ਬਦ ਉਹ ਜਿਹੜਾ 11ਵਾਂ ਕੁਸ਼ਚਨ ਸੀਗਾ ਨਾ, ਇੱਥੇ ਆਹ ਦੇਖੋ ਆ ਕਲੀਅਰ ਜੀ ਨਹੀਂ ਹੈਗਾ, ਮੈਂ ਉਹ ਕੁਸ਼ਚਨ ਮੇਨਲੀ ਚੱਕੇ ਨੇ ਜਿਹੜੇ 1-1 ਮਾਰਕਸ ਦੇ ਨੇ ਨਾ, ਬਾਕੀ ਜਿਹੜੇ 2 ਮਾਰਕਸ ਵਾਲੇ ਕੁਸ਼ਚਨ ਇਹ ਤਾਂ ਤੁਸੀਂ ਆਪਣੇ ਆਪ ਕਰ ਲਏ ਹੋਣਗੇ, ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ, 1 ਮਾਰਕ 'ਚ ਤੁਹਾਡੇ ਕਿੰਨੇ ਪੁਆਇੰਟ ਸਹੀ ਨੇ ਉਹ ਗੱਲ ਕਰ ਰਹੇ ਹਾਂ। ਹੇਠ ਲਿਖੇ ਵਾਕਾਂ ਵਿੱਚੋਂ ਕਿਰਿਆ ਸ਼ਬਦ ਚੁਣੋ, ਬੱਚੇ ਚਪੜਾਸੀ ਨੇ ਘੰਟੀ ਵਜਾਈ, ਤਾਂ ਵਜਾਈ ਸਾਡੀ ਕੀ ਹੋਜੂਗੀ, ਕਿਰਿਆ ਹੋਜੂਗੀ, ਵਜਾਈ ਕੀ ਹੋਜੂਗੀ, ਕਿਰਿਆ। ਅਗਲਾ, ਹੇਠ ਲਿਖੇ ਡੱਬਿਆਂ ਵਿੱਚੋਂ ਘੱਟੋ ਘੱਟ 8 ਸਾਰਥਕ ਸ਼ਬਦ ਚੁਣ ਕੇ ਲਿਖੋ, ਤਾਂ ਬੱਚੇ ਆਹ ਦੇਖੋ ਚਾਰਥਕ ਸ਼ਬਦ ਕਿਹੜੇ ਕਿਹੜੇ ਹੋਣਗੇ ਸਾਡੇ ਕੋਲ, ਖਲਕਤ, ਖਲਕਤ, ਅਗਲਾ ਕਿਹੜਾ ਖੱਤ, ਫਿਰ ਆ ਜਾਏਗਾ ਸ਼ਾਲ, ਠੀਕ ਹੈ ਜੀ, ਇੱਥੋਂ ਆ ਜਾਏਗਾ ਗਰਦਨ, ਫਿਰ ਕਿਹੜਾ ਆ ਗਿਆ ਪੈਨ, ਅਗਲਾ ਕਿਹੜਾ ਆ ਗਿਆ ਪਰਬਤ, ਲਾਭ, ਭਜਨ, ਟੋਪੀ, ਅਗਲਾ ਕਿਹੜਾ ਜਲ, ਰਾਣੀ, ਮਾਲ, ਕਰਮ, ਠੀਕ ਹੈ, ਉਹਨੇ 8 ਸਾਰਥਕ ਕਹੇ ਸੀ, ਆਪਾਂ ਦੇਖੋ ਕਿੰਨੇ ਲੱਭ ਲਏ, ਤਾਰ, ਇਹ ਤਾਂ ਸੌਖਾ ਹੀ ਬਹੁਤ ਆਇਆ ਸੀ, ਬੂਹਾ, ਖੀਰਾ, ਠੀਕ ਹੈ, ਅੱਗ, ਲੋਹਾ, ਠੀਕ ਹੈ ਜੀ, ਲਾਜ, ਅਠੰਡ, ਠੀਕ ਹੈ ਜੀ, ਕਿੰਨੇ ਸਾਰੇ ਨੇ ਇਹਦੇ ਵਿੱਚੋਂ ਜਿੰਨੇ ਮਰਜ਼ੀ ਆਪਾਂ ਲੱਭ ਲਈਏ, ਠੀਕ ਹੈ ਬੱਚੇ। ਉਹ ਕਰਦਾ ਤੁਹਾਨੂੰ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ, ਕਮੈਂਟ ਦੇ ਵਿੱਚ ਆਪਣੇ ਜ਼ਰੂਰ ਮਾਰਕਸ ਵਗੈਰਾ ਦੱਸ ਕੇ ਜਾਇਓ ਕਿੱਦਾਂ ਦਾ ਹੋਇਆ, ਜਿਹੜੀ ਤੁਹਾਡੀ ਨੈਕਸਟ ਵਾਲੀ ਵੀਡੀਓ ਹੋਏਗੀ ਹੈ ਨਾ ਇੰਗਲਿਸ਼ ਦੇ ਉੱਤੇ, ਉਹ ਵੀ ਤੁਹਾਨੂੰ ਬਹੁਤ ਜਲਦੀ ਪ੍ਰੋਵਾਈਡ ਕਰ ਦਿੱਤੀ ਜਾਊਗੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹੈ ਨਾ। ਅਤੇ ਆਲ ਦਾ ਬੈਸਟ ਤੁਹਾਡੇ ਅਗਲੇ ਪੇਪਰਾਂ ਲਈ, ਬਹੁਤ ਵਧੀਆ ਤੁਹਾਡੇ ਹਾਲੇ ਤੱਕ, ਮੈਨੂੰ ਪੂਰਾ ਉਮੀਦ ਹੈ ਤੁਹਾਡੇ ਬਹੁਤ ਵਧੀਆ ਪੇਪਰ ਗਏ ਹੋਣਗੇ, ਠੀਕ ਹੈ ਜੀ। ਮੇਰੇ ਚੈਨਲ ਨੂੰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਰਮਨਦੀਪ ਸੇਠੀ, ਹਾਲੇ ਵੀ ਇਹਨੂੰ ਸਬਸਕ੍ਰਾਈਬ ਕਰਕੇ ਰੱਖ ਲਓ, ਠੀਕ ਹੈ ਜੀ, ਹੋਰ ਵਧੀਆ ਵਧੀਆ ਕੰਟੈਂਟ ਇੱਥੇ ਆਉਂਦਾ ਰਹੂਗਾ। 9ਵੀਂ 8ਵੀਂ ਜਦੋਂ ਤੁਹਾਡੀ ਪੂਰੀ ਹੋਣੀ ਆ, ਉਸ ਤੋਂ ਬਾਅਦ 9ਵੀਂ ਲਈ ਵੀ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਪਊਗੀ, ਸਟੈਪ ਬਾਏ ਸਟੈਪ ਚੱਲਦਾ ਰਹੂਗਾ, ਕਿਉਂਕਿ ਫਿਲਹਾਲ ਤਾਂ ਆਪਾਂ ਐਂਡ ਦੇ ਵਿੱਚ ਆ, ਤਾਂ ਥੋੜ੍ਹਾ ਫਾਸਟ ਫਾਸਟ ਆਪਾਂ ਚੀਜ਼ਾਂ ਨੂੰ ਨਿਬੇੜ ਰਹੇ ਹਾਂ, ਉਸ ਤੋਂ ਬਾਅਦ ਮੈਂ ਸਟੈਪ ਬਾਏ ਸਟੈਪ ਇੱਕ ਇੱਕ ਪੁਆਇੰਟ ਟੂ ਪੁਆਇੰਟ ਤੁਹਾਨੂੰ ਕਲੀਅਰ ਕਰਕੇ ਚੀਜ਼ਾਂ ਸਮਝਾਊਂਗਾ, ਠੀਕ ਹੈ। ਇਕੱਲੀ ਇਕੱਲੀ ਚੀਜ਼ ਮਿਲੂਗੀ, ਮੈਥ, ਸਾਇੰਸ, SST ਸਭ ਕੁਝ ਤੁਹਾਨੂੰ ਪ੍ਰੋਵਾਈਡ ਕਰਾ ਦਿੱਤਾ ਜਾਊਗਾ, ਠੀਕ ਹੈ ਬੱਚੇ। ਸਤਿ ਸ਼੍ਰੀ ਅਕਾਲ, ਓਕੇ।